Uh, कर दो ताकि मतलब लोगों को पता चले कितने लोग अमेरिका से हैं कितने कनाडा से हैं कितने यूरोप से हैं कितने यूएई से हैं कितने ऑस्ट्रेलिया से हैं कितने न्यूजीलैंड से हैं तो uh, वो पंजाबी चुरा <ख़ाँगा> चुरा ਤੋ ਦੇਸ਼ ਵਿਦੇਸ਼ ਮੇ ਅ ਬਸ ਰਹੇ ਮੇ ਪੰਜਾਬੀ ਭੈਣੋ ਵੀਰੋ ਤੇ ਬੱਚੋ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਜੈ ਭਾਰਤ ਜੈ ਭੀਮ ਤੇ ਨਮੋ ਬੁੱਧਾ ਕਹਿੰਦਾ ਹਾਂ ਔਰ ਭਾਵੇਂ ਮੇਰੀ ਪੰਜਾਬੀ ਦੇ ਉੱਤੇ ਇੰਨੀ ਜਕੜ ਨਹੀਂ ਹੈ ਲੇਕਿਨ ਫਿਰ ਵੀ ਮੈਂ ਉਮੀਦ ਕਰਦਾ ਕਿ ਜੋ ਕੁਝ ਵੀ ਮੈਂ ਕਹਾਵਾਂਗਾ ਉਹਦੀ ਭਾਵਨਾ ਨੂੰ ਸਮਝਣਾ ਸ਼ਬਦ ਉੱਪਰ ਥੱਲੇ ਵੀ ਹੋ ਸਕਦੇ ਨੇ ਮੈਨੂੰ ਅੱਜ 8 ਮਹੀਨੇ ਸੰਸੰਗ ਨਾਲ ਜੁੜਿਆ ਹੋ ਗਿਆ ਹੈ ਔਰ ਇਹ 60 ਮਹੀਨਿਆਂ ਦੇ ਵਿੱਚ ਮੈਂ ਬਹੁਤ ਕੁਝ ਇਸ ਸੰਗ ਤੋਂ ਸਿੱਖਿਆ ਉਹ ਸਾਰੀਆਂ ਨਵੀਆਂ ਨਵੀਆਂ ਚੀਜ਼ਾਂ ਨਵੀਂ ਜਾਣਕਾਰੀ ਜਿਹੜੀ ਮੈਨੂੰ ਅੱਜ ਤੋਂ ਪਹਿਲਾਂ ਨਹੀਂ ਸੀ ਬਹੁਤ ਸਾਰੀ ਜਾਣਕਾਰੀ ਐਸੀ ਵੀ ਜਿਹੜੀ ਕਿ ਪੰਜਾਬੀ ਦੇ ਵਿੱਚ ਬਾਵਸਾ ਦਾ ਲਿਟਰੇਚਰ ਪਰੰਤੋ ਬਾਅਦ ਵੀ ਇਵਨ ਬਹੁਤ ਸ਼ਬਦੀਆਂ ਇਨੀਆਂ ਫੰਕਸ਼ਨਾਂ ਮੂਲ ਵਸੀ ਸੰਗੀਤ ਇਨੀਆਂ ਫੰਕਸ਼ਨਾਂ ਹੋਰ ਵੀ ਬਹੁਤ ਦੇਸ਼ ਵਿਦੇਸ਼ ਦੇ ਵਿੱਚ ਫੰਕਸ਼ਨ ਅਟੈਂਡ ਕਰਨ ਤੋਂ ਵੀ ਜੋ ਮੈਨੂੰ ਮਹਿਸੂਸ ਨਹੀਂ ਹੁੰਦੀ ਸੀ ਉਸ ਸੰਗ ਦੇ ਵਿੱਚੋਂ ਆ ਕੇ ਜਾਣਕਾਰੀ ਹੋਈ ਅਮ ਸਾਥਿਓ ਅਸੀਂ ਸਾਰੇ ਜਾਣਦੇ ਹਾਂ ਕਿ ਆਪਾਂ ਵਿਦੇਸ਼ਾਂ ਦੇ ਵਿੱਚ ਆ ਕੇ ਇਸ ਕਰਕੇ ਵਸੇ ਕਿ ਸਾਨੂੰ ਆਪਣੇ ਭਾਰਤ ਦੇ ਵਿੱਚ ਅ ਜੋ ਮੌਕਾ ਅ ਅچھے ਤਰੀਕੇ ਨਾਲ ਨਹੀਂ ਦਿੱਤਾ ਗਿਆ ਨਾ এডਿਕੇਸ਼ਨ ਦੇ ਲਈ ਤੇ ਨਾ ਮਤਲਬ ਜੌਬ ਦੇ ਲਈ ਔਰ ਨਾ ਹੀ ਆਪਣੀ ਟੈਲੈਂਟ ਆਪਣਾ ਜੋ ਅ এডਿਕੇਸ਼ਨ ਦਾ ਸਟਾਰ ਹੈ ਉਸ ਨੂੰ ਐਕਸਰਸਾਈਜ਼ ਕਰਨ ਦਾ ਸਾਡੇ ਕੋਲ ਮੌਕਾ ਨਹੀਂ ਸੀ ਇਸ ਕਰਕੇ ਅਸੀਂ ਵਿਦੇਸ਼ਾਂ ਦੇ ਵਿੱਚ ਆ ਕੇ ਬਸ ਗਏ ਤਾਂ ਕਿ ਅਸੀਂ ਆਪਣੇ ਆਪ ਨੂੰ ਵਧਾ ਸਕੀਏ ਅੱਗੇ ਵਧਾ ਸਕੀਏ ਔਰ ਜਦੋਂ ਪੇਬੈਕ ਸੁਸਾਇਟੀ ਦੇ ਨਾਂ ਤੇ ਆਂਦਾ ਤੇ ਅਸੀਂ ਇਹ ਸੋਚਦੇ ਸੀ ਕਿ ਬਈ ਜਿਹੜੇ ਅਸੀਂ ਲੋਕ ਪਿੱਛੇ ਛੱਡ ਜਾਂਦੇ ਨੇ ਪੰਜਾਬ ਦੇ ਵਿੱਚ ਅ ਅਸੀਂ ਉਹਨਾਂ ਲਈ ਕੁਝ ਕੰਮ ਕਰਾਂਗੇ ਵਿਦੇਸ਼ ਦੇ ਵਿੱਚੋਂ ਕਈ ਤਰੀਕੇ ਦੇ ਨਾਲ ਅਸੀਂ ਫੰਡ ਭੇਜਾਂਗੇ ਜਾਂ ਉਹਨਾਂ ਦੀ ਹੋਰ ਕਿਸੇ ਵੀ ਤਰੀਕੇ ਦੇ ਨਾਲ ਮਦਦ ਕਰਾਂਗੇ ਤਾਂ ਉਹਨਾਂ ਦੇ ਵਿੱਚ ਅ ਵੀ ਇਹ ਜਾਗਰਤੀ ਬਹੁਤ بڑے ਪੈਮਾਨੇ ਤੇ ਵਧੇਗੀ ਪਰ ਮੈਨੂੰ ਅਫਸੋਸ ਹੈ ਕਿ ਜਦ ਮੈਂ ਆਪਣੇ ਬਾਰੇ ਸੋਚਦਾ ਕਿ ਭਈ ਅ ਮੈਂ ਕਿੱਥੋਂ ਉੱਠਿਆ ਔਰ ਮੈਂ ইংল্যান্ড ਵਿੱਚ ਕਿਦਾਂ ਪਹੁੰਚ ਗਿਆ ਕਿਉਂਕਿ ਮੇਰੇ ਮਾਪੇ ਨੂੰ ਤਾਂ ਕਦੀ ਪਿੰਡ ਦੇ ਵਿੱਚ ਵੀ ਪੂਰੀ ਤਰ੍ਹਾਂ ਜਾਣ ਦਾ ਮੌਕਾ ਨਹੀਂ ਸੀ ਮਿਲਦਾ ਕਿਉਂਕਿ ਸਾਡੀਆਂ ਬਸਤੀਆਂ ਤੇ ਪਿੰਡਾਂ ਤੋਂ ਵੀ ਬਾਹਰ ਹੁੰਦੀਆਂ ਸੀ ਸ਼ਹਿਰਾਂ ਦੀ ਤਾਂ ਗੱਲ ਹੀ ਦੂਰ ਦੀ ਆ ਤਾਂ ਮੈਨੂੰ ਇਹ ਮਹਿਸੂਸ ਹੁੰਦਾ ਬਾਵਾ ਸਾਹਿਬ ਦਾ ਲਿਟਰੇਚਰ ਪੜਨ ਤੋਂ ਬਾਅਦ ਇਹ ਮੈਨੂੰ ਮਹਿਸੂਸ ਹੋਇਆ ਕਿ ਅਗਰ ਮੈਂ ਵਿਦੇਸ਼ ਵਿੱਚ ਪਹੁੰਚ ਸਕਿਆ ਤਾਂ ਕੇਵਲ ਐਂਡ ਕੇਵਲ ਉਹ ਪਰ ਦੇ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ਪਹੁੰਚ ਸਕਿਆ ਚਾਹੇ ਸਾਡੇ ਕੋਲ ਲੱਖਾਂ ਦੇਵੀ ਦੇਵਤਾ ਔਰ ਬਹੁਤ ਸੰਤ ਮਹੰਤਸੀ ਲੇਕਿਨ ਜਦੋਂ ਮੈਂ ਆਪਣੇ ਮਾਪੇ ਦੀ ਦੁਰਦਸ਼ਾ ਦੇਖਦਾ ਜਾਂ ਮੇਰੇ ਦਾਦਾ ਦਾਦੀ ਦੀ ਦੁਰਦਸ਼ਾ ਦੇਖਦਾ ਤਾਂ ਮੈਨੂੰ ਇੰਜ ਮਹਿਸੂਸ ਹੁੰਦਾ ਕਿ ਉਹ ਦੇਵੀ ਦੇਵਤਾ ਜਾਂ ਸੰਤ ਮਹੰਤ ਜਾਂ ਮਾਨਤਾਵਾਂ ਜਿਹੜੀਆਂ ਸਾਡੀਆਂ ਸੀ ਉਹ ਸਾਡੇ ਕਿਸੇ ਕੰਮ ਦੀਆਂ ਨਹੀਂ ਸੀ ਉਹ ਮੈਂ ਇਹ ਵੀ ਕਹਿ ਸਕਦਾ ਕਿ ਭਈ ਬ੍ਰਾਹਮਣਾ ਨੇ ਉਸ ਨੂੰ ਮਤਲਬ ਅਮ ਥਰੋੜ ਮਰੋੜ ਕੇ ਸਾਡੇ ਸਾਹਮਣੇ ਪੇਸ਼ ਕੀਤਾ ਜਾਂ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਂ ਉਹ ਚਾਹੁੰਦੇ ਨਹੀਂ ਸੀ ਕਿ ਅਸੀਂ 바ਵਾ ਸਾਹਿਬ ਦੇ ਮਿਸ਼ਨ ਦੇ ਨਾਲ ਅ ਅੱਛੇ ਤਰੀਕੇ ਦੇ ਨਾਲ ਜੁੜ ਸਕੀਏ 바ਵਾ ਸਾਹਿਬ ਨੂੰ ਸਮਝ ਸਕੀਏ ਭਾਰਤ ਦੇ ਸੰਵਿਧਾਨ ਨੂੰ ਸਮਝ ਸਕੀਏ ਇਸ ਕਰਕੇ ਇਹ ਲੜਾਈ ਸਾਡੇ ਪਿੱਛੇ ਵਿਦੇਸ਼ਾਂ ਦੇ ਵਿੱਚ ਵੀ ਆ ਗਈ ਔਰ ਅਸੀਂ ਜੋ ਵੀ ਕੁਝ ਇੱਥੋਂ ਕੰਮ ਕਰਦੇ ਰਹੇ ਆਪਣੇ ਮਤਲਬ ਅ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਆਪਣੇ ਜਿੰਨੇ ਵੀ ਸੰਗਠਨ ਸੀ ਉਹਨਾਂ ਨੂੰ ਬਹੁਤ ਸਾਰਾ ਅਸੀਂ ਮਾਲੀ ਮਦਦ ਵੀ ਕਰਦੇ ਰਹੇ ਲੇਕਿਨ ਇਹਦੇ باوجود ਵੀ ਅਸੀਂ ਇਹ ਚੀਜ਼ ਨੂੰ ਮਤਲਬ ਮਹਿਸੂਸ ਕਰਦੇ ਹੋਏ ਕਿ ਅਗਰ ਭਾਰਤ ਦੇ ਸੰਵਿਧਾਨ ਨੇ ਹੀ ਸਾਨੂੰ ਸਾਰੇ ਅਧਿਕਾਰ ਦਿੱਤੇ ਅਗਰ ਭਾਰਤ ਦੇ ਸੰਵਿਧਾਨ ਦੇ ਲਾਗੂ ਹੋਣ ਤੇ ਹੀ ਸਾਨੂੰ ਮਤਲਬ ਦੁਨੀਆ ਵਿੱਚ ਛਾਤੀ ਚੌੜੀ ਕਰਕੇ ਘੁੰਮਣ ਫਿਰਨ ਦਾ ਮੌਕਾ ਮਿਲਿਆ ਸਾਡੀ ਸਭ ਤੋਂ ਜ਼ਿਆਦਾ ਫੋਕਸ ਜਿਹੜੀ ਆ ਸਭ ਤੋਂ ਜ਼ਿਆਦਾ ਸਾਡਾ ਜੋਰ ਲੱਗਣਾ ਚਾਹੀਦਾ ਸੀ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਔਰ ਅੱਜ ਮੈਂ ਦੇਖ ਰਿਹਾ ਮੈਂ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਘੁੰਮ ਕੇ ਦੇਖਿਆ ਕਿ ਸਾਡੀਆਂ ਜਿੰਨੀਆਂ ਵੀ માનਤਾਵਾਂ ਹਨ ਧਾਰਮਿਕ માનਤਾਵਾਂ ਉਹਦੇ ਵਿੱਚ ਸਾਡਾ ਬਹੁਤ ਜ਼ਿਆਦਾ ਜੋਰ ਲੱਗਾ ਹੋਇਆ ਔਰ ਜਿੰਨੀਆਂ ਵੀ ਸਾਡੀਆਂ ਪੋਲੀਟੀਕਲ માનਤਾਵਾਂ ਉਹਨਾਂ ਦੇ ਸੰਗਠਨਾਂ ਉਹਨਾਂ ਵਿੱਚ ਬਹੁਤ ਜੋਰ ਲੱਗਿਆ ਹਾ ਔਰ ਇਹਦੇ باوجود ਵੀ ਅੱਜ ਭਾਰਤ ਦੇ ਸੰਵਿਧਾਨ ਦੀ ਜੋ ਹਾਲਤ ਹੈ ਦੇਸ਼ ਦੇ ਵਿੱਚ ਉਹ ਬਹੁਤ ਤਰਸਯੋਗ ਹੈ ਇਸ ਕਰਕੇ ਮੈਂ ਸੁਦੇਲ ਜੀ ਹੋਣਾ ਦੇ ਨਾਲ ਇਸ ਦੇ ਉੱਤੇ ਡਿਸਕਸ਼ਨ ਕੀਤੀ ਸੀ ਔਰ ਮੈਨੂੰ ਉਹਨਾਂ ਦਾ ਕਨਸੈਪਟ ਇਹ ਅੱਛਾ ਲੱਗਿਆ ਸੀ ਇਸ ਕਰਕੇ ਮੈਂ ਵੀ ਦਾ ਪੀਪਲ ਨੂੰ ਜੁਆਇਨ ਕੀਤਾ ਔਰ ਮੈਨੂੰ ਇਹ ਲੱਗਿਆ ਕਿ ਇਸ ਸੰਗਠਨ ਦੇ ਵਿੱਚ ਅਗਰ ਕੋਈ ਨੇਤਾ ਨਹੀਂ ਅਗਰ ਕੋਈ ਇਹਦਾ ਲੀਡਰ ਨਹੀਂ ਅਸੀਂ ਭਾਰਤ ਦੇ ਸੰਵਿਧਾਨ ਨੂੰ ਹੀ ਆਪਣਾ ਲੀਡਰ ਮੰਨ ਕੇ ਚੱਲਦੇ ਹਾਂ ਭਾਰਤ ਦੇ ਸੰਵਿਧਾਨ ਨੂੰ ਹੀ ਬਚਾਉਣ ਦੇ ਲਈ ਅਸੀਂ ਆਪਣਾ ਸਾਰਾ ਕੰਮਕਾਰ ਕਰਦੇ ਹਾਂ ਔਰ ਇਹਦੇ ਵਿੱਚ ਸਮਨ ਸੰਗ ਦੇ ਵਿੱਚ ਐਂਟਰ ਹੋ ਕੇ ਤੁਹਾਨੂੰ ਨਾ ਕੋਈ ਪੈਸਾ ਮੰਗਦਾ ਹੈ ਤੁਹਾਡੇ ਕੋਲੋਂ ਤੇ ਨਾ ਕੋਈ ਪੈਸੇ ਦੀ ਰਸੀਦ ਤੁਹਾਨੂੰ ਦਿੰਦਾ ਹੈ ਔਰ 나ਹੀਂ ਇਥੇ ਪੈਸੇ ਦੀ ਜ਼ਰੂਰਤ ਮਹਿਸੂਸ ਕੀਤੀ ਜਾਂਦੀ ਹੈ ਆ 2 April ਦੇ ਜੋ ਇੱਕ ਭਾਰਤ ਬੰਦ ਦਾ ਇੱਕ ਹੋਇਆ ਸੀ ਜਿਹਦੇ ਵਿੱਚ ਮੇਰੇ ਪੰਜਾਬ ਦੇ ਲੋਕਾਂ ਨੂੰ ਯਾਦ ਹੋਊਗਾ ਕਿ ਸਾਡੇ ਦੋ ਬੱਚੇ ਪੰਜਾਬ ਦੇ ਉਹਨਾਂ ਦੇ ਵਿੱਚ ਸ਼ਹੀਦ ਹੋ ਗਏ ਸੀ ਅਰੇ ਉਸ ਲੇਕਿਨ ਉਸ ਦੇ ਬੰਦ ਦੇ ਨਾਲ ਅਸੀਂ ਆਪਣਾ ਜਿਹੜਾ ਖੋਇਆ ਸਾਡੇ ਤੋਂ ਅਧਿਕਾਰ ਸੀ ਉਹ ਵਾਪਸ ਲੈ ਲਿਆ ਅਸੀਂ ਕਿਸਾਨਾਂ ਵਾਲ ਵੀ ਦੇਖਦੇ ਆ ਕਿਸਾਨ ਇਕੱਠੇ ਹੋ ਕੇ ਆਪਣੇ ਦਿੱਲੀ ਦੀਆਂ ਬਾਰਡਰਾਂ 'ਤੇ ਬੈਠੇ ਔਰ ਇਸ ਕਰਕੇ ਉਹਨਾਂ ਨੇ ਵੀ ਆਪਣੇ ਆਪ ਨੂੰ ਇਕੱਲੇ ਇਕੱਲੇ ਸੰਗਠਨ ਚੋਂ ਕੱਢ ਕੇ ਇੱਕ ਮਹਾ ਸੰਗਠਨ ਬਣਾਇਆ ਔਰ ਉਸ ਮਹਾ ਸੰਗਠਨ ਦੇ ਬਲ ਬੁਲਤੇ ਤੇ ਉਹਨਾਂ ਨੇ ਸੰਵਿਧਾਨ ਦਾ ਸਹਾਰਾ ਲੈ ਕੇ ਸੰਵਿਧਾਨ ਦੇ ਵਿੱਚ ਦਿੱਤੇ ਹੋਏ ਹੱਕਾਂ ਦਾ ਸਹਾਰਾ ਲੈ ਕੇ ਆਪਣੇ ਤਿੰਨੇ ਕਾਨੂੰਨ ਜਿਹੜੇ ਕਾਲੇ ਜਿਨ੍ਹਾਂ ਨੂੰ ਉਹ ਕਾਲੇ ਕਾਨੂੰਨ ਕਹਿੰਦੇ ਸੀ ਉਹ ਵਾਪਸ ਲੈ ਲਏ ਇਸ ਤੋਂ ਮੈਨੂੰ ਇਹ ਵੀ ਲੱਗਦਾ ਹੈ ਕਿ ਅਗਰ ਅਸੀਂ ਪਹਿਲਾਂ ਇਕੱਠੇ ਹੋ ਕੇ ਵੀ ਸੰਵਿਧਾਨ ਦੇ ਵਿੱਚ ਦਿੱਤੇ ਹੋਏ ਅਧਿਕਾਰਾਂ ਨੂੰ ਬਚਾ ਸਕਦੇ ਆ ਤੇ ਅਗਰ ਅਸੀਂ ਅੱਜ ਵੀ ਇਕੱਠੇ ਹੋ ਜਾਈਏ ਔਰ ਇਕੱਠੇ ਹੋ ਕੇ ਹੀ ਅਸੀਂ ਮਤਲਬ ਇੱਕ ਹਮਲਾ ਮਾਰੀਏ ਤਾਂ ਅਸੀਂ ਭਾਰਤ ਦੇ ਸੰਵਿਧਾਨ ਦੀ ਦਿਨ-ਬਦਨ ਜੋ ਹੋ ਰਹੀ ਦੁਰਦਸ਼ਾ ਉਸ ਨੂੰ ਰੋਕ ਸਕਦੇ ਆ ਮੈਂ ਉਮੀਦ ਕਰਦਾ ਕਿ ਜਿਹੜੇ ਵੀ ਮੇਰੇ ਲੋਕ ਬਾਹਰ ਬੈਠੇ ਹਨ ਜਿਨ੍ਹਾਂ ਨੇ ਬਹੁਤ بڑے ਪੈਮਾਨੇ ਤੇ ਯੋਗਦਾਨ ਦਿੱਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਆਪਣੇ ਪੰਜਾਬ ਨੂੰ ਬਹੁਤ ਖੂਬਸੂਰਤ ਬਣਾ ਲਿਆ ਲੇਕਿਨ ਉੱਥੇ ਸਿੱਖਿਆ ਦਾ ਜੋ ਹਾਲ ਹੈ ਉੱਥੇ ਜੋਬਸ ਦਾ ਜੋ ਹਾਲ ਹੈ ਉੱਥੇ ਹਰ ਬੱਚਾ ਇਸ ਵੇਲੇ ਮਤਲਬ ਬੇਰੋਜ਼ਗਾਰ ਘੁੰਮ ਰਿਹਾ ਉਹਨਾਂ ਦੀ ਹੈਲਥ ਦਾ ਉੱਥੇ ਦੇ ਪਾਣੀ ਦਾ ਜਿੰਨੀਆਂ ਵੀ ਸਾਡੀਆਂ ਸਮੱਸਿਆ ਆ ਉਹਨਾਂ ਦਾ ਹੱਲ ਇਸ ਕਰਕੇ ਨਹੀਂ ਹੋ ਰਿਹਾ ਕਿ ਅਸੀਂ ਇਕੱਠੇ ਨਹੀਂ ਆਏ ਔਰ ਮੈਨੂੰ ਇਹ ਉਮੀਦ ਆ ਕਿ ਅਸੀਂ ਮਤਲਬ ਇਕੱਠੇ ਹੋ ਕੇ ਈਵਨ ਬੋਰਡ ਦਾ ਇਸਤੇਮਾਲ ਵੀ ਅਗਰ ਅਸੀਂ ਇਕੱਠੇ ਹੋ ਕੇ ਆਪਣੇ ਹੱਕ ਦੇ ਵਿੱਚ ਪਾ ਲਈਏ ਤੇ ਅਸੀਂ ਪੰਜਾਬ ਦੀ ਸੱਤਾ ਆਪਣੇ ਹੱਤ ਹੱਕ ਦੇ ਵਿੱਚ ਕਰ ਸਕਦੇ ਆ ਕਿਉਂਕਿ ਸਾਡੀ ਗਿਣਤੀ ਸਾਨ ਨਾਲੋਂ ਜਿਆਦਾ ਪੰਜਾਬ ਦੇ ਵਿੱਚ ਹੈ ਔਰ ਪੰਜਾਬ ਦੇ ਲੋਕ ਅਗਰ 33 34% ਇਕੱਠੇ ਹੋ ਜਾਣ ਤਾਂ ਸਾਨੂੰ ਕਿਸੇ ਹੋਰ ਲੋਕ ਦੀ ਜ਼ਰੂਰਤ ਨਹੀਂ ਇਹ ਇਕੱਲੇ ਸ਼ਡਿਊਲ ਕਾਸਟ ਹੀ ਆਪਣੀ ਮਤਲਬ ਗਿਣਤੀ ਦੇ ਔਰ ਆਪਣੀ ਬੋਰਡ ਦੇ ਬਲਬੂਤੇ ਤੇ ਆਪਣੀ ਸਰਕਾਰ ਬਣਾ ਸਕਦੇ ਆ ਮੈਂ ਉਮੀਦ ਕਰਦਾ ਕਿ ਇਹ ਸਮਨ ਸੰਗ ਜੋ ਸਾਡਾ ਪੁਰਾਣਾ ਸੰਗ ਬੁੱਧ ਤੋਂ ਵੀ ਪਹਿਲਾਂ ਦਾ ਚੱਲਿਆ ਆ ਰਿਹਾ ਜਿਸ ਨੂੰ ਅਸੀਂ ਭੁੱਲ ਗਏ ਸੀ ਜਿਸ ਨੂੰ ਸਾਨੂੰ ਜਾਂ ਪੁਲਾ ਦਿੱਤਾ ਗਿਆ ਸੀ ਜਾਂ ਜੋ ਅਧਿਕਾਰ ਅਸੀਂ ਮਤਲਬ ਜੇਸਵਲੇ ਇਥੇ ਆਸ ਵਿੱਚ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਜੇ ਇਸ ਵੇਲੇ ਮਹਾਰਾਜਾ ਸਮ्राट ਅਸ਼ੋਕ ਰਾਜ ਕਰਦੇ ਸੀ ਤਾਂ ਅਸੀਂ ਦੁਨੀਆ ਦੇ ਵਿੱਚ ਬਹੁਤ بڑے ਪ੍ਰਮਾਨਤੇ ਸੋਨੇ ਦੀ ਚਿੜੀਆ ਖਾਂਦੇ ਸੀ ਔਰ ਪੜ੍ਹੇ ਲਿਖੇ ਸੀ ਉਹਦੇ ਸਾਰੇ ਜਿੰਨੇ ਵੀ ਸ਼ਿਲਾ ਲੇਖ ਹਨ ਉਹ ਅਸੀਂ ਲਿਖੇ ਨੇ ਅਸੀਂ ਬਣਾਏ ਨੇ ਇਸ ਦਾ ਮਤਲਬ ਅਸੀਂ ਕਾਰਗਰ ਵੀ ਸੀ ਅਸੀਂ ਲਿਖਦੇ ਜੋ ਲਿਖਣ ਵਾਲੇ ਵੀ ਸੀ ਅਸੀਂ ਪੜ੍ਹਨ ਵਾਲੇ ਵੀ ਸੀ ਅਸੀਂ ਉਸਾਰਨ ਵਾਲੇ ਵੀ ਸੀ ਇਹ ਸਾਰੇ ਸਾਡੇ ਕੋਲ ਹਨਰ ਖੋ ਲਏ ਗਏ ਔਰ ਅੱਜ ਅਸੀਂ ਮਤਲਬ ਬੜੇ ਅ ਤਰਸਯੋਗ ਹਾਲਾਤ ਦੇ ਵਿੱਚ ਇਸ ਕਰਕੇ ਮੈਂ ਉਮੀਦ ਕਰਦਾ ਹਾਂ ਕਿ ਅਗਰ ਅਸੀਂ ਆਪਣੇ ਇਤਿਹਾਸ ਵੱਲ ਨੂੰ ਦੇਖੀਏ ਤੇ ਕੋਈ ਜ਼ਰੂਰੀ ਨਹੀਂ ਅਸੀਂ ਨਮਾਹth ਜਿਹੜਾ ਸਾਡਾ ਮਾਡਰਨ ਇਤਿਹਾਸ ਹੈ ਉਹ ਆ ਰਾਸ਼ਟਰਪਿਤਾ ਜੋਤੀਰਾ ਫੂਲੇ ਤੋਂ ਚਾਲੂ ਹੁੰਦਾ ਅ ਸਵਿਤਰੀ ਮਾ ਫੂਲੇ ਤੋਂ ਚਾਲੂ ਹੁੰਦਾ ਉਹ ਉਸਮਾਨ ਸ਼ੇਖ ਤੋਂ ਚਾਲੂ ਹੁੰਦਾ ਉਹ ਫਾਤਿਮਾ ਸ਼ੇਖ ਤੋਂ ਚੱਲੂ ਹੁੰਦਾ ਇਹਨਾਂ ਲੋਕਾਂ ਨੇ ਬੇਸ ਰੱਖਿਆ ਸਾਡੀ ਮਾਡਰਨ ਇਸ ਕ੍ਰਾਂਤੀ ਦਾ ਜਿਸ ਦੇ ਵਿੱਚੋਂ ਆ ਕੇ 바ਵਾ ਸਾਹਿਬ ਅੰਬੇਦਕਰ ਨੂੰ ਵੀ ਮੌਕਾ ਮਿਲਿਆ ਔਰ 바ਵਾ ਸਾਹਿਬ ਨੇ ਜਦ ਵਿਦੇਸ਼ਾਂ ਵਿੱਚ ਆ ਕੇ ਦੇਖਿਆ ਕਿ ਸਮਾਜ ਕਿਸ ਦੀ ਰਚਨਾ ਕਿਸ ਤਰੀਕੇ ਨਾਲ ਹੁੰਦੀ ਆ ਤੇ 바ਵਾ ਸਾਹਿਬ ਅੰਬੇਦਕਰ ਨੂੰ ਇਹ ਪਤਾ ਲੱਗਿਆ ਕਿ ਜੋ ਰਾਜ ਕਰਤਾ ਜਮਾਤ ਹੈ ਉਸ ਦੇ ਹੱਥ ਦੇ ਵਿੱਚ ਹਰ ਇੱਕ ਨੂੰ ਇਕੁਅਲ ਰਾਈਟਸ ਔਰ ਇਕੁਅਲਟੀ ਲਿਬਰਟੀ ਫਰ ਟੈਂਟੀ ਔਰ ਅ ਜਸਟਿਸ ਦੇਨ ਦਾ ਅਧਿਕਾਰ ਹੁੰਦਾ ਅਗਰ ਅਸੀਂ ਰਾਜ ਸੱਤਾ ਦੇ ਵਿੱਚ ਹਿੱਸਾ ਲੈ ਲਈਏ ਤੇ ਅਸੀਂ ਵੀ ਇਹ ਹਿੱਸਾ ਮਤਲਬ ਆਪਣੇ ਆਪਣੇ ਹੱਕ ਦਾ ਹਿੱਸਾ ਲੈ ਸਕਦੇ ਆ ਤੇ ਬਾਪੂ ਸਾਹਿਬ ਅੰਬੇਦਕਰ ਨੇ ਸਾਨੂੰ ਪੋਲਿਟੀਕਲ ਹੱਕ ਤਾਂ ਦੇ ਦਿੱਤੇ ਲੇਕਿਨ ਉਹ ਪੋਲਿਟੀਕਲ ਹੱਕ ਇਸ ਤਰੀਕੇ ਦੇ ਨਾਲ ਸਾਡੇ ਕੋਲ ਆਇਆ ਕਿ ਜਿਹੜੇ ਲੋਕਾਂ ਦੇ ਕੋਲ ਅਸੀਂ ਆਪਣੇ ਨਮਾਇੰਦੇ ਜਿਹੜੇ ਆਪਣੇ ਚੁਣ ਕੇ ਭੇਜੇ ਉਹਨਾਂ ਨਮਾਇੰਦਿਆਂ ਨੇ ਸਾਡਾ ਸਾਡੀ ਕੋਈ ਖਬਰ ਨਹੀਂ ਲਈ ਸਾਡੇ ਨਾਲ ਕਿੰਨੀ યાਤੀ ਹੋ ਰਹੀ ਟੱਕਾ ਹੋ ਰਿਹਾ ਉਸ ਤੇ ਕੋਈ ਮਤਲਬ ਉਹਨਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਇਸ ਕਰਕੇ ਉਹ ਸਾਰੇ ਦੇ ਸਾਰੇ ਸਵਿਧਾਨ ਦੇ ਵਿੱਚ ਦਿੱਤੇ ਹੋਏ ਹੱਕ ਅੱਜ ਆਲਮੋਸਟ ਨਿਲ ਹੋ ਗਿਆ ਹੈ ਨੀਅਰਲੀ ਕੋਈ ਇਕੋ ਪੋਲੀਟੀਕਲ ਰਾਈਟ ਹੈ ਜਿਹੜਾ ਕਿ ਅਸੀਂ ਪੋਲੀਟੀਕਲ ਵੋਟ ਪਾ ਕੇ ਆਪਣੀ ਸੱਤਾ ਲੈ ਸਕਦੇ ਹਾਂ ਇਕੋ ਹੋਏ ਰਾਈਟ ਜਿੰਦਾ ਸਾਰੀ ਐਜੂਕੇਸ਼ਨ ਸਾਡਾ ਹੈਲਥ ਸੈਕਟਰ ਸਾਡੀ ਅਮ રોજਗਾਰੀ ਇਹ ਸਭ ਅਜ ਜੋ ਚੋਪਟ ਹੋ ਗਿਆ ਇਸ ਕਰਕੇ ਮੈਂ ਰਿਕੁਐਸਟ ਕਰਦਾ ਕਿ ਮੇਰੇ ਵੀਰ ਜਿੰਨੇ ਵੀ ਭੈਣਾ ਜਿੰਨੇ ਵੀ ਵਿਦੇਸ਼ਾਂ ਵਿੱਚ ਬੈਠੇ ਆ ਉਹ ਇਕੱਠੇ ਹੋ ਕੇ ਇੱਕ ਵਾਰੀ ਇਸ ਸਮਨ ਸੰਗ ਨੂੰ ਥੋੜਾ ਜਿਹਾ ਸਾਥ ਸਹਾਇਕ ਦਿਓ ਔਰ ਮੈਨੂੰ ਉਮੀਦ ਆ ਕਿ ਅਠਾਂ ਮਹੀਨਿਆਂ ਦੇ ਵਿੱਚ ਅਸੀਂ ਜੋ ਕੁਝ ਤਰੱਕੀ ਕੀਤੀ ਆ ਜਿੰਨੇ ਮੈਂ ਲੋਕਾਂ ਨੂੰ ਦੇਖ ਰਿਹਾ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਉਹ ਕੋਈ ਆਪਣੀ ਛਾਤੀ ਤੇ ਤਗਮੇ ਲਾਣ ਲਈ ਇਹ ਕੰਮ ਨਹੀਂ ਕਰ ਰਹਾ ਹੈ ਉਹ ਸਿਰਫ ਐਂ ਸਿਰਫ ਆਉਣ ਵਾਲੇ ਬੱਚਿਆਂ ਦੇ ਸੁਪਨਿਆਂ ਨੂੰ ਆਉਣ ਵਾਲੇ ਬੱਚਿਆਂ ਦੀਆਂ ਉਮੀਦਾਂ ਨੂੰ ਬਚਾਉਣ ਲਈ ਇਹ ਕੰਮ ਕਰ ਰਹੇ ਨੇ ਅਗਰ ਅਸੀਂ ਵੀ ਉਹਨਾਂ ਦੇ ਨਾਲ ਸ਼ਰੀਕ ਹੋ ਜਾਾਂਗੇ ਔਰ ਇਸ ਦੇ ਵਿੱਚ ਆਪਣਾ ਯੋਗਦਾਨ ਦੇਵਾਂਗੇ ਤਾਂ ਮੈਨੂੰ ਉਮੀਦ ਹੈ ਕਿ ਸਾਡਾ ਕੰਮ ਔਰ ਭਾਰਤ ਦੇ ਵਿੱਚ ਜਿਹੜੇ ਵੀ ਸ਼ਡਿਊਲ ਕਾਸਟ ਲੋਕ ਸਾਡਾ ਇਹ ਮਸਲਾ ਅੱਜ ਸੰਵਿਧਾਨ ਨੂੰ ਬਚਾਉਣ ਦਾ ਬੱਚਿਆਂ ਦੇ ਲਈ ਸੁਪਨਿਆਂ ਨੂੰ ਬਚਾਉਣ ਦਾ ਹੈ ਅੱਜ ਲੈ ਕੇ ਚੱਲੇ ਆ ਉਹ ਸੁਪਨਾ ਪੂਰਾ ਹੋਏਗਾ ਇਸ ਕਰਕੇ ਮੈਂ ਉਮੀਦ ਕਰਦਾ ਕਿ ਪਲੀਜ਼ ਸਾਰੇ ਦੇ ਸਾਰੇ ਲੋਕ ਇਸ ਸਮਨਸੰਗ ਦੇ ਵਿੱਚ ਹਾਜ਼ਰ ਹੋ ਇਸ ਸਮਨਸੰਗ ਦੇ ਵਿੱਚ ਕੋਈ ਪੈਸਾ ਨਹੀਂ ਲਿਆ ਜਾਏਗਾ ਤੁਹਾਡੇ ਕੋਲੋਂ ਇਸ ਸਮਨਸੰਗ ਦੇ ਵਿੱਚ ਕੋਈ ਤੁਹਾਨੂੰ ਬਹੁਤ ਕੋਈ ਮਾਨ ਪੱਤਰ ਨਹੀਂ ਦਿੱਤਾ ਜਾਏਗਾ ਇਹ ਮਿਸ਼ਨਰੀ ਭਾਵਨਾ ਦਾ ਇਹ ਵੌਲੰਟਰੀ ਭਾਵਨਾ ਦਾ ਇੱਕ ਸੰਗ ਆ ਸਾਡੇ ਪੁਰਖਿਆਂ ਦਾ ਸੰਗ ਹੈ ਇਸ ਕਰਕੇ ਇਹਦੇ ਵਿੱਚ ਆਨ ਨੂੰ ਤੁਹਾਨੂੰ ਕਿਸੇ ਦੀ ਕੋਈ ਕੁਆਲਿਫੀਕੇਸ਼ਨ ਦੀ ਲੋੜ ਨਹੀਂ ਅਸੀਂ ਸੰਗੀਆਂ ਅਸੀਂ ਇਸ ਸੰਗ ਦੇ ਵਿੱਚ ਪਹਿਲਾਂ ਪੈਦਾ ਹੋਏ ਆ ਸਾਡੇ ਪੁਰਖੇ ਸਾਰੇ ਸੰਧੀ ਸੀ ਇਸ ਕਰਕੇ ਇਹਦੇ ਵਿੱਚ ਤੁਸੀਂ ਆ ਕੇ ਆਪਣਾ ਯੋਗਦਾਨ ਦਿਓ ਔਰ ਆਪਣੇ ਬੱਚਿਆਂ ਦਾ ਔਰ ਉਹਨਾਂ ਦੇ ਬੱਚਿਆਂ ਦਾ ਵੀ ਫਿਊਚਰ ਬਚਾਓ ਤਾਂ ਕਿ ਸਾਡੇ ਬੱਚਿਆਂ ਨੂੰ ਵੀ ਇਹ ਖੁਸ਼ੀਆਂ ਨਸੀਬ ਹੋਣ ਜਿਹੜੀਆਂ ਸਾਨੂੰ ਨਸੀਬ ਹੋਈਆਂ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪ ਸਭ ਨੂੰ निमंत्रण देना देना सदा पत्र इस प्रवेश करो जय जय नमो थैंक यू बहुत 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 धन्यवाद बहुत बहुत बहुत-बहुत बहुत-बहुत साधु 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 कमाल ਪੰਜਾਬੀ ਪੰਜਾਬੀ ਚ ਪੰਜਾਬੀ ਚ ਪੰਜਾਬੀ ਚ ਬਹੁਤ ਸੋਹਣਾ ਬੋਲਿਆ ਤੇ ਬਹੁਤ ਅੱਛੇ ਤਰੀਕੇ ਨਾਲ ਸਮਝਾਇਆ ਸਾਰਿਆਂ ਨੂੰ ਬਬਲੀ ਰਾ ਜੀ ਬਬਲੀ ਰਾ ਜੀ 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 ਨੈਸਟ ਆਪਕਾ 10 ਮਿੰਟ ਬਾਅਦ ਆਪ ਆਪ ਬੋਲਣਾ ਅੱਜ ਅੱਜ 12 ਵਜੇ ਤੱਕ ਰਿਕਾਰਡ ਕਰਾਂਗੇ ਸਹਿਬ ਬਹੁਤ ਬਹੁਤ ਸਾਧੂਬਾਦ ਸਹਿਬ ਬਹੁਤ ਅੱਛਾ ਕਨਸੈਪਟ ਦਾਇਆ ਆਪਕੋ ਚਾਹਣੇ ਦਰਿ ਸਾਹਿਬ ਕੋ ਥੈਂਕ ਯੂ ਮੈਂ ਬੇਤਸੀ ਮਤਲਬ ਮੈਂ ਤਾਂ ਉਮੀਦ ਕਰਦਾ ਸੀ ਕਿ ਮੈਂ ਲਿਖ ਕੇ ਕੱਲ ਨੂੰ ਕੁਝ ਪੁਆਇੰਟ ਤਿਆਰ ਕਰਕੇ ਲੇਕਿਨ ਆਲ ਆਫ ਸਡਨ ਫੜ ਲਿਆ ਜੋ ਕੁਝ ਮੇਰੇ ਦਿਮਾਗ ਚ ਆਇਆ ਮੈਂ ਬੋਲ ਦਿੱਤਾ ਮੈਨੂੰ ਲੱਗਦਾ ਹੈ ਕਿ ਬਈ ਪਰਪਸ ਜਿਹੜਾ ਸੀ ਪੰਜਾਬੀ ਵਿੱਚ ਕਹਿੰਦਾ ਉਹ ਪਰਪਸ ਹਲ ਹੋ ਗਿਆ ਸਭ ਦੇ ਉੱਤੇ ਥੱਕ ਹੋ ਸਕਦੇ ਹੈ ਸਰ ਆਪਨੇ ਅੱਛਾ ਕੀਤਾ ਔਰ ਸਭ ਨੂੰ ਸਮਾਇਤ ਕਰ ਦਿਆ ਸੀ ਨੇ ਬਹੁਤ ਬਹੁਤ ਸਾਧਵਾਦ ਬਹਿਲ ਸਾਹਿਬ ਇਤਨਾ ਅੱਛਾ ਕਨਸੈਪਟ ਆਪਨੇ ਕੀਤਾ ਪੰਜਾਬੀ ਵਿੱਚ ਮਸਤ ਹੋ ਗਏ ਸਰ ਥੈਂਕ ਯੂ ਥੈਂਕ ਯੂ अब मैं कोशिश कर रहा हूँ कि जो लोग में मेरे साथ हैं, उनको लगता है कि भाई मैं आपके संघ में आकर उनके साथ गद्दारी कर रहा हूँ ऐसे मुझे बोल रहे हैं वो लेकिन मैं किसी संघ के साथ कोई गद्दारी नहीं कर रहा ना मैं उनको कुछ बुला भरा कह रहा हूं, मैं सिर्फ ये कह रहा हूं कि आप लोगों ने जिस मकसद के लिए संघ बनाए थे जैसे बामशेफ है मूल निवासी संघ है क्या वो आपने अचीव कर लिया अगर नहीं अचीव कर लिया तो आप किसी और को <laughs> मौका दो. बैल सर वो ओपन डिबेट में नहीं आते कभी नहीं आते नहीं आते हाँ उनको ओपन डिबेट के लिए इनवाइट करना चाहिए कि ताकि सब लोगों को पता चले अगर वो ठीक कर रहे हैं अच्छा कर रहे हैं तो करें तो यहाँ कोई कसम थोड़ी खा रखी है ये तो संघ है सब इसमें ये संघ कहीं जा सकता है वो लोग संघ में आ सकते हैं ऊपर है तो जी जी ये बात तो आप सही कह रहे हैं उन, उनको आप ओपन डिबेट के लिए इनवाइट करेंगे तो अच्छा रहेगा सब लोगों को पता चलना चाहिए पूरे देश और दुनिया को पता चलना। सर सर जी बहुत से लोगों ने तो मेरा टेलीफोन उठाना ही बंद कर दिया मैं क्या करूं आप उनको ये कह दो कि भाई देखो आप चिंता ना करो जो मदद मतलब आपको पहले मिली थी वो मिलेगी नहीं मैं तो मैं अब एक ही मेरे सामने अब एक ही रास्ता है कि भाई जितने भी लोग हैं मैं एक एक का दरवाजा जाकर खड़काऊंगा और फिर उनको पूछूंगा भाई चाय का का पिलाओ चाहे ना पिलाओ मुझे ये तो बताओ कि मैंने गुनाह क्या किया है हाँ मैं मैं और रवि <coughs> इसमें लगे हुए हैं लेकिन लोग जो है ना बहुत अभी ये पोलिटिकल पोलिटिकल फीवर जो है ना उस पोलिटिकल फीवर में बहुत से लोग ना अपने आप को इस उम्मीद में लगे हुए हैं कि हम अपनी सत्ता ले लेंगे अब अप, हम अपना एमएलए बना लेंगे हो सकता है हमारा भी बन जाए। आ, मैंने पहले भी आपको कहा था आप फिर कहता हूँ कि जैसे ही ये पॉलिटिकल आज जो, न, मार्च में खत्म होगी तो जैसे बरसाती मेंढक ना गायब हो जाते हैं ये सब लोग ऐसे गायब हो जाएंगे और तुम देखना एक लाइन लग जाएगी इंटरनेशनल लोगों की भी हमारे साथ जुड़ने के लिए मैं आई एम श्योर मैं मैं देखता हूं हमारे लोगों का जो व्यवहार है ना वो इस तरीके का ही है कि भाई हम जल्दी से रिजल्ट चाहते हैं कि कल को इलेक्शन हो रही है उसमें हमारे एक तो एम बन जाए या एम बन जाए या मतलब आ, कोई अच्छी पोस्ट पे आ जाए बस उसी तक की हम सीमित हैं तो आमे, सर आप ऐसे उनको लेके आओ जो ये भावना ना हो जिनके यही तो समन शंका स्वार्थ और ये सब चीजों से पर उठने वाले बंदों को तो लाओ ना आगे। आगे आप सभी से ये निवेदन है कि अगर आपको ये वीडियो अच्छी लगती है या बाकी वीडियो अच्छी लगी हैं और आपको लगता है कि धमकी वीडियो किसी को और मिलनी चाहिए या किसी को गिफ्ट में भेजनी चाहिए या किसी भाषा में कन्वर्ट करके आगे बढ़ानी चाहिए या प्रिंट में किताब में छापनी चाहिए या इसकी जो ऑडियो है उसे निकाल के भेजना चाहिए या इसका किसी पार्ट को इस्तेमाल करना चाहिए तो आपको लिबर्टी है आपको छूट है ये सभी कॉपीराइट फ्री हैं आप अपने फेसबुक पे अपने पेज पे अपने ट्विटर पे या अपने हैंडल पे या लिंक को कहीं भी शेयर कर सकते हैं कहीं भी चला सकते हैं आप यूट्यूब भी चला सकते हैं अपने नाम से चला सकते हैं इसके लिए इजाज़त लेने की या परमिशन ले लेने की बिल्कुल भी ज़रूरत नहीं है आप इसको अपना मान के चलाएँ क्योंकि धम्म सबका है हम जो बताते हैं वो भगवान बुद्ध का है या महापुरुषों का है उन्हीं की बात को सरल भाषा में बताते हैं हमारा सिर्फ इतना राइट है इस पर कि हम इसको लोड कर देते हैं बाकी सारी ये पूंजी आपकी है धन्यवाद